ਇਹ ਜ਼ਮੀਨ ਨਾ ਬਾਦਲ ਦੇ ਬਾਪ ਦੀ ਹੈ ਤੇ ਨਾ ਕੈਪਟਨ ਅਮਰਿੰਦਰ ਸਿੰਘ ਦੇ ਬਾਪ ਦੀ ਹੈ ਤੇ ਮਾਮੇ ਨਹੀਂ ਰੱਖਦੇ ਸਰਕਾਰ, ਤੁਹਾਡੇ ਬਾਪ ਦੀ ਨਹੀਂ ਇਹ ਜਗ੍ਹਾ ਜਿਹੜੀ ਤੁਸੀਂ ਗੱਲ ਮੰਤਰੀ ਸਾਹਿਬ ਕੀਤੀ ਆ। ਮੈਂ ਉਸ ਗੱਲ ਦਾ ਜਵਾਬ ਦੇ ਰਿਹਾ ਤੁਹਾਨੂੰ। ਕੋਈ ਲੈਂਡ ਮਾਫੀਆ ਪੰਜਾਬ ਨੂੰ ਲੁੱਟਣ ਲਈ ਮੂੰਹ 'ਚ ਪਾਣੀ ਮੱਤ ਲੈ ਕੇ ਆਵੇ। ਮੀਡੀਆ ਪ੍ਰੈਸ ਦੇ ਦੋਸਤ ਬਹੁਤ ਵੱਡੀ ਗਿਣਤੀ ਦੇ ਵਿੱਚ, ਛੋਟੀ ਜਿਹੀ ਬੇਨਤੀ, ਸ਼ਾਰਟ ਪੀਰੀਅਡ ਤੁਸੀਂ ਵੱਡੀ ਗਿਣਤੀ 'ਚ ਦਰਸ਼ਨ ਦੇਣ ਦੀ ਕਿਰਪਾਲਤਾ ਕੀਤੀ। ਮੇਰੇ ਸਮੇਤ ਸਾਰੇ ਸਾਥੀ ਲੋਕ ਇਨਸਾਫ ਪਾਰਟੀ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ, ਉਹਦਾ ਵਿਸ਼ਾ ਲੋਕ ਇਨਸਾਫ ਪਾਰਟੀ ਵੱਲੋਂ ਇੱਕ ਜਨ ਅੰਦੋਲਨ ਦੀ ਸ਼ੁਰੂਆਤ 4 ਜਨਵਰੀ ਦਿਨ ਸ਼ਨੀਵਾਰ ਖੰਨਾ ਦੇ ਨੇੜੇ ਪਿੰਡ ਭੁਮੱਦੀ ਤੋਂ ਸ਼ੁਰੂਆਤ ਕੀਤੀ ਜਾ ਰਹੀ ਹੈ। ਸਾਡੀ ਪੰਚਾਇਤ ਸਾਡੀ ਜ਼ਮੀਨ, ਉਹ ਪੰਚਾਇਤੀ ਜ਼ਮੀਨ ਮੁਸ਼ਤਰਕਾ ਮਾਲਕਾਂ ਜਾਂ ਦੇ ਸ਼ਾਮਲਾਟ, ਜਿਹੜੀ ਪੰਜਾਬ ਵਿਲੇਜ ਕਾਮਨ ਲੈਂਡ ਐਕਟ 1961 ਜਿਹਦੇ ਵਿੱਚ ਵਿਆਖਿਆ ਕਰਦਾ ਉਹ ਐਕਟ ਕਾਨੂੰਨ ਕਿ ਇਹ ਪੰਚਾਇਤੀ ਜ਼ਮੀਨ ਕਦੇ ਵੀ ਟ੍ਰਾਂਸਫਰ ਨਹੀਂ ਹੋ ਸਕਦੀ, ਵਿਕ ਨਹੀਂ ਸਕਦੀ। ਐਂਡ ਅਫਸੋਸ ਹੈ ਕਿ ਇਹ ਬੇਸ਼ ਕੀਮਤੀ ਜ਼ਮੀਨ, ਖਾਸ ਕਰਕੇ ਚੰਡੀਗੜ੍ਹ ਪੈਰੀਫੇਰੀ ਦੇ ਉੱਤੇ, ਉਹ ਕਹਿ ਦਈਏ ਹੀਰਿਆਂ ਨਾਲੋਂ ਮਹਿੰਗੀ ਜ਼ਮੀਨ, ਵੱਖ ਵੱਖ ਵੱਡੇ ਰਾਜਨੀਤਿਕ ਲੀਡਰਾਂ ਨੇ ਅਤੇ ਸੀਨੀਅਰ ਅਫਸਰਸ਼ਾਹੀ ਜਿਹਦੇ ਵਿੱਚ IPS, IAS, PCS ਇਹਨਾਂ ਲੋਕਾਂ ਨੇ ਉਹ ਜ਼ਮੀਨ ਦੇ ਉੱਤੇ ਮੋਟੇਸ਼ਨ ਤੁੜਵਾਈ, ਆਪਣਾ ਨਾਮ ਨਿਹਾਦ ਬੰਦਾ ਖੜਾ ਕੀਤਾ। ਪਹਿਲਾਂ ਪੰਚਾਇਤ ਤੋਂ ਇੰਤਕਾਲ ਟੁੱਟ ਕੇ ਉਹਦੇ ਨਾਮ ਜਾਂਦਾ, ਬੰਦਾ ਆਪਣਾ ਹੀ ਹੈ, ਫਿਰ ਉਸ ਬੰਦੇ ਤੋਂ ਆਪਣੇ ਖੜੇ ਕੀਤੇ ਦੂਜੇ ਬੰਦੇ ਦੇ ਨਾਮ 'ਤੇ ਜਾਂਦਾ, ਫਿਰ ਆਪਣੇ ਦੁਆਰਾ ਖੜੇ ਕੀਤੇ ਤੀਸਰੇ ਬੰਦੇ ਦੇ ਨਾਮ, ਫਿਰ ਚੌਥੇ ਕਹਿਤਾ ਵੀ ਅਸੀਂ ਤਾਂ ਪੰਚਾਇਤ ਤੋਂ ਨਹੀਂ ਖਰੀਦੀ, ਅਸੀਂ ABC ਤੋਂ ਖਰੀਦੀ ਆ। ਐਂਡ ਬਹੁਤ ਸਾਰੇ ਪੰਜਾਬ ਦੇ ਪੰਜਾਬ ਪ੍ਰਸਤ ਲੋਕ ਇਸ ਗੱਲ ਨੂੰ ਲੈ ਕੇ ਹਾਈਕੋਰਟ ਦੇ ਵਿੱਚ ਗਏ। ਹਾਈਕੋਰਟ ਦੇ ਵਿੱਚ ਜਾ ਕੇ ਉਹਨਾਂ ਨੇ ਪਟੀਸ਼ਨ ਦਾਇਰ ਕੀਤੀ। ਹਾਈਕੋਰਟ ਦੇ ਹੁਕਮਾਂ ਦੇ ਤਹਿਤ ਇੱਕ ਕਮਿਸ਼ਨ ਬੈਠ ਗਿਆ, ਜਸਟਿਸ ਕੁਲਦੀਪ ਸਿੰਘ ਕਮਿਸ਼ਨ, ਪੂਰੇ ਪੰਜਾਬ ਦੀਆਂ ਪੰਚਾਇਤੀ ਜ਼ਮੀਨਾਂ ਜਿਹੜੀਆਂ ਇੰਤਕਾਲ ਟੁੱਟ ਕੇ ਪ੍ਰਾਈਵੇਟ ਲੋਕਾਂ ਦੇ ਨਾਮ 'ਤੇ ਚੜ ਗਈਆਂ ਉਹਨਾਂ ਦੀ ਤਹਿਕੀਕਾਤ ਕਰੂਗਾ। ਉਹ ਕਮਿਸ਼ਨ ਬਣਿਆ, ਉਹਨੇ ਬੜਾ ਬਰੀਕੀ ਦੇ ਨਾਲ ਰਿਟਾਇਰਡ ਜੱਜ ਜਸਟਿਸ ਕੁਲਦੀਪ ਸਿੰਘ ਫਰੋਮ ਸੁਪਰੀਮ ਕੋਰਟ, ਉਹਨਾਂ ਦੀ ਅਗਵਾਈ ਦੇ ਵਿੱਚ ਬਣੇ ਕਮਿਸ਼ਨ ਨੇ ਆਪਣੀ ਰਿਪੋਰਟ ਜਿਹੜੀ ਹੈ ਉਹ ਹਾਈਕੋਰਟ ਨੂੰ ਸੌਂਪੀ। ਹਾਈਕੋਰਟ ਨੇ ਮਾਨਯੋਗ ਉਸ ਵੇਲੇ ਦੇ ਐਕਟਿੰਗ ਚੀਫ ਜਸਟਿਸ ਸਾਹਿਬ ਵੱਲੋਂ ਆਪਣੇ ਫੈਸਲੇ ਦੇ ਵਿੱਚ ਸਤਿਕਾਰਯੋਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਨਾਮ, ਸਤਿਕਾਰਯੋਗ ਕੈਪਟਨ ਅਮਰਿੰਦਰ ਸਿੰਘ ਸਮੇਤ ਬਹੁਤ ਸਾਰੇ ਲੀਡਰਾਂ ਦੇ ਨਾਮ, ਬਹੁਤ ਸਾਰੇ ਸੀਨੀਅਰ IAS IPS ਅਧਿਕਾਰੀਆਂ ਦੇ ਨਾਮ ਆਰਡਰ ਕਰਤਾ। ਹਾਈਕੋਰਟ ਦੇ ਐਕਟਿੰਗ ਚੀਫ ਜਸਟਿਸ ਸਾਹਿਬ ਨੇ ਪੰਜਾਬ ਸਰਕਾਰ ਨੂੰ ਵੀ ਇਹ ਜਿਹੜੇ ਇੰਤਕਾਲ ਟੁੱਟ ਕੇ ਪੰਚਾਇਤ ਤੋਂ ਇੰਡੀਵਿਜੁਅਲ ਲੋਕਾਂ ਦੇ ਨਾਮ 'ਤੇ ਗਏ ਜਿਨ੍ਹਾਂ ਦਾ ਤੁਹਾਨੂੰ ਮੈਂ ਵੇਰਵਾ ਦੇ ਕੇ ਹਟਿਆ, ਵੀ ਇਹ ਰਿਵਿਊ ਕਰੋ, ਇਹ ਤੋੜ ਕੇ ਵਾਪਸ ਪੰਚਾਇਤਾਂ ਦੇ ਨਾਮ 'ਤੇ ਲੈ ਕੇ ਆਓ। 2012 ਅਤੇ 2020 ਚੜ੍ਹਨ ਵਾਲਾ, ਅੱਜ ਤੱਕ ਇੱਕ ਸਰਕੂਲਰ ਜ਼ਰੂਰ ਜਾਰੀ ਕਰਤਾ ਸਰਕਾਰ ਨੇ, ਆਈ ਵਾਚ ਕੀਤਾ, ਗਸ਼ਤੀ ਪੱਤਰ ਜਾਰੀ ਕਰਤਾ ਸਾਰੇ DC ਨੂੰ
ਪਰ ਪਨਿਆਲਾ ਉੱਥੇ ਦਾ ਉੱਥੇ ਹੀ ਰਿਹਾ, ਕੋਈ ਅੰਤਕਾਲ ਨਹੀਂ ਟੁੱਟਿਆ। ਪੰਚਾਇਤੀ ਜ਼ਮੀਨ ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਨੇ ਖਰੀਦੀ, ਚਾਹੇ ਕੈਪਟਨ ਅਮਰਿੰਦਰ ਸਿੰਘ ਨੇ ਖਰੀਦੀ, ਚਾਹੇ ਉਹ ਕਿਸੇ IAS IPS PCS ਅਧਿਕਾਰੀ ਨੇ ਖਰੀਦੀ। ਦੋਸਤੋ, ਇਹ ਸਾਰਾ ਕੁਝ ਚੱਲਦਾ ਰਿਹਾ, ਸਰਕਾਰਾਂ ਬਦਲਦੀਆਂ ਗਈਆਂ, ਤੇ ਪਿਛਲੇ ਦਿਨੀ ਪੰਜਾਬ ਦੀ ਕੈਬਨਿਟ ਨੇ ਇੱਕ ਆਰਡੀਨੈਂਸ, ਇੱਕ ਪ੍ਰਸਤਾਵ ਪਾਸ ਕਰਤਾ। ਉਹ ਪ੍ਰਸਤਾਵ ਹੈਗਾ ਲੈਂਡ ਬੈਂਕ, ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੈਂਬਲੀ ਸੈਸ਼ਨ ਦੇ ਵਿੱਚ ਐਕਟ ਬਣਾ ਲੈਣਗੇ, ਉਹਨੂੰ ਅਸੀਂ ਉੱਥੇ ਵੀ ਵਿਰੋਧ ਕਰਾਂਗੇ। ਸੋ ਹੁਣ ਇਹ ਲੈਂਡ ਬੈਂਕ ਐਕਟ ਬਣਾ ਲਿਆ ਸਰਕਾਰ ਨੇ, ਮੰਤਰੀ ਮੰਡਲ ਨੇ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਸਾਧਣ ਦਾ ਯਤਨ ਕੀਤਾ। ਪਹਿਲਾ ਨਿਸ਼ਾਨਾ ਕੀ ਹੈ ਕਿ ਜਿਹੜੇ ਬਾਦਲ ਕੈਪਟਨ ਸਮੇਤ ਬਹੁਤ ਸਾਰੇ ਰਾਜਨੀਤਿਕ ਲੀਡਰ ਹਾਈ ਪ੍ਰੋਫਾਈਲ ਅਤੇ ਬਹੁਤ ਸਾਰੇ IPS IAS ਅਤੇ PCS ਅਧਿਕਾਰੀ ਜਿਨ੍ਹਾਂ ਨੇ ਪੰਚਾਇਤੀ ਜ਼ਮੀਨ ਕੌਡੀਆਂ ਦੇ ਭਾਅ 'ਤੇ ਖਰੀਦੀ, ਅੱਜ ਉਹ ਹੀਰਿਆਂ ਤੋਂ ਮਹਿੰਗੀ ਹੈ, ਉਹਦਾ ਭਵਿੱਖ ਸੁਰੱਖਿਅਤ ਕਰਨਾ। ਜਿੱਦਣ ਇਹ ਕਾਨੂੰਨ ਬਣ ਗਿਆ, ਐਕਟ ਬਣ ਗਿਆ, ਫਿਰ ਤਾਂ ਉਹਨਾਂ ਨੂੰ ਕੋਈ ਛੇੜਨ ਵਾਲਾ ਹੀ ਨਹੀਂ ਗਾ। ਨੰਬਰ ਸੈਕਿੰਡ, ਪੰਜਾਬ ਦੇ ਸਿਰ 'ਤੇ 2.5 ਲੱਖ ਕਰੋੜ ਦਾ ਕਰਜ਼ਾ ਤਕਰੀਬਨ, ਦਲਿਤ ਖੇਤ ਮਜ਼ਦੂਰ ਕਿਸਾਨ ਦੇ ਸਿਰ 'ਤੇ 1 ਲੱਖ ਕਰੋੜ ਦਾ ਕਰਜ਼ਾ। ਹੁਣ ਉਹ ਸੋਚਦੇ ਆ ਵੀ ਯਾਰ 2022 ਦੀਆਂ ਚੋਣਾਂ ਆ ਰਹੀਆਂ ਨੇ, ਹੁਣ ਲੋਕਾਂ ਨੂੰ ਲੋਲੀਪੋਪ ਪੈਸੇ ਤਾਂ ਹੈ ਨਹੀਂ, ਤਨਖਾਹਾਂ ਦੇਣ ਤੋਂ ਆਤਰ ਆ ਪੰਜਾਬ ਦਾ ਖਜ਼ਾਨਾ, ਅਤੇ ਹੁਣ ਸੋਚਿਆ ਵੀ ਇਹ ਵੇਚ ਦਈਏ। ਨਾਮ ਕੀ ਲਿਆ? ਪੰਜਾਬ ਸਮਾਲ ਸਕੇਲ ਇੰਡਸਟਰੀ ਜਿਹੜੀ ਹੈ ਜੀ, ਉਹ ਨੋਡਲ ਏਜੰਸੀ ਬਣਾ ਲਈ, ਲਘੂ ਉਦਯੋਗ ਨਿਗਮ ਨੂੰ ਨੋਡਲ ਏਜੰਸੀ ਬਣਾ ਲਿਆ, ਵੀ ਇਹ ਜ਼ਮੀਨਾਂ ਜਿਹੜੀਆਂ ਪ੍ਰਾਈਵੇਟ ਬੰਦਿਆਂ ਨੂੰ ਵੇਚੂਗੀ। ਹੁਣ ਅਸੀਂ ਸਵਾਲ ਕਰਦੇ ਹਾਂ, ਤੁਸੀਂ ਇੰਡਸਟਰੀਲਾਈਜੇਸ਼ਨ ਦੇ ਨਾਮ ਦੇ ਉੱਤੇ ਕਹਿ ਦਿਓ ਵੀ ਅਸੀਂ ਇਹ ਜ਼ਮੀਨਾਂ ਜਿਹੜੀਆਂ ਅਕੁਆਇਰ ਕਰਨ ਲੱਗੇ ਹਾਂ ਜੀ, ਵੇਚ ਦੇਣੀਆਂ ਨੇ, ਪੰਚਾਇਤੀ ਲੈਂਡ। ਤੁਸੀਂ ਪਹਿਲਾਂ ਪੰਜਾਬ ਦੇ ਵਿੱਚ RTI ਦੇ ਜ਼ਰੀਏ ਜਿਹੜੀ ਪ੍ਰਾਪਤ ਕੀਤੀ ਜ਼ਮੀਨ ਹੈ, ਪ੍ਰਾਪਤ ਕੀਤੀ ਜਾਣਕਾਰੀ ਹੈ, ਉਹਦੇ ਅਨੁਸਾਰ 18,000 ਤੋਂ ਜ਼ਿਆਦਾ ਇੰਡਸਟਰੀ ਪੰਜਾਬ ਦੇ ਵਿੱਚ ਦੋਸਤੋ ਬੰਦ ਪਈ ਹੈ। ਮੇਰੇ ਨਾਲੋਂ ਵੱਧ ਜਾਣਕਾਰੀ ਤੁਹਾਡੇ ਕੋਲ ਹੈ। ਬਹੁਤ ਸਾਰੇ ਫੋਕਲ ਪੁਆਇੰਟ, ਬਹੁਤ ਸਾਰੇ ਇੰਡਸਟਰੀ ਏਰੀਏ ਅਤੇ ਬਹੁਤ ਸਾਰੇ ਵੱਡੇ ਘਰਾਣਿਆਂ ਨੂੰ ਦਿੱਤੀਆਂ ਹੋਈਆਂ ਜ਼ਮੀਨਾਂ, ਜਿੱਥੇ ਸਬਸਿਡੀਆਂ ਖਾ ਕੇ ਪੰਜਾਬ ਦੀ ਉਪਜਾਊ ਭੂਮੀ ਦੇ ਉੱਤੇ ਬਿਲਡਿੰਗਾਂ ਖੜੀਆਂ ਹੋ ਗਈਆਂ। 600 ਏਕੜ ਸੀਲ ਕੈਮੀਕਲ ਰਾਜਪੁਰਾ ਬੰਦ ਪਈ ਆ 93-94 ਤੋਂ, 600 ਏਕੜ। ਗੋਇੰਦਵਾਲ ਸਾਹਿਬ, ਰਾਏਕੋਟ, ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਫੋਕਲ ਪੁਆਇੰਟ 27 ਏਰੀਏ ਕੱਟੇ, ਪਰ ਉਹ ਸਾਡੀ ਉਪਜਾਊ ਧਰਤੀ ਬੰਜਰ ਕਰਨ ਤੋਂ ਇਲਾਵਾ, ਉਜਾੜ ਕਰਨ ਤੋਂ ਇਲਾਵਾ ਇੱਕ ਨਵੇਂ ਪੈਸੇ ਦਾ ਲਾਭ ਨਹੀਂ ਪ੍ਰਾਪਤ ਹੋਇਆ। ਤੁਸੀਂ ਇੰਡਸਟਰੀਲਾਈਜੇਸ਼ਨ ਦੀ ਗੱਲ ਕਰਦੇ ਹੋ, ਅਸੀਂ ਸਰਕਾਰ ਨਾਲ ਸਹਿਮਤ ਹਾਂ। ਅਸੀਂ ਤਾਂ ਕਹਿੰਦੇ ਹਾਂ ਜਿਹੜੇ ਪਹਿਲਾਂ ਭਾਈ ਫੋਕਲ ਪੁਆਇੰਟ ਕੱਟੇ ਆ ਤੁਸੀਂ, ਜਿਹੜੇ ਪਹਿਲਾਂ 27 ਏਰੀਏ ਕੱਟੇ ਆ ਤੁਸੀਂ, 18,000 ਯੂਨਿਟ ਬੰਦ ਪਏ, ਫੈਕਟਰੀਆਂ ਬੰਦ ਪਈਆਂ, ਤੁਸੀਂ ਨੋਡਲ ਏਜੰਸੀ ਬਣਾ ਲਿਆ ਲਘੂ ਉਦਯੋਗ ਸਮਾਲ ਸਕੇਲ ਵਾਲਿਆਂ ਨੂੰ, ਪਹਿਲਾਂ ਕਿਰਪਾ ਕਰਕੇ ਉਹ ਚਲਾ ਲਓ ਤੁਸੀਂ। ਨੰਬਰ ਸੈਕਿੰਡ, ਹੁਣ ਦੂਜੀ ਗੱਲ 'ਤੇ ਆ ਜਾਂਦੇ ਆਪਾਂ। ਤੁਹਾਨੂੰ ਕੋਈ ਜਪਾਨੀ ਕੰਪਨੀ ਜਿਵੇਂ ਹੇਰਾ ਹੇਰੀ ਪਿੰਡ ਹੈਗਾ, ਸੇਰਾ ਸੇਰੀ ਪਿੰਡ ਹੈਗਾ ਰਾਜਪੁਰੇ ਦੇ ਕੋਲੇ, 6 ਪਿੰਡ, 1200 ਏਕੜ ਜ਼ਮੀਨ ਇੱਕੋ ਪੋਕਟ ਦੇ ਵਿੱਚ ਆ, ਇਕੱਠੀ ਆ, ਤੁਸੀਂ ਕਹਿੰਦੇ ਹੋ ਵੀ ਜਪਾਨੀ ਕੰਪਨੀ ਨੂੰ ਦੇਣੀ ਆ। ਹੁਣ ਤੁਸੀਂ ਪੰਚਾਇਤੀ ਲੈਂਡ ਦੇ ਮਾਮੇ ਲੱਗਦੇ ਹੋ। ਇਹ ਜ਼ਮੀਨ ਨਾ ਬਾਦਲ ਦੇ ਬਾਪ ਦੀ ਆ ਅਤੇ ਨਾ ਕੈਪਟਨ ਅਮਰਿੰਦਰ ਸਿੰਘ ਦੇ ਬਾਪ ਦੀ ਆ, ਇਹ ਜ਼ਮੀਨ ਪੰਜਾਬ ਦੇ ਲੋਕਾਂ ਦੀ ਆ। ਤੁਸੀਂ ਇਸ ਜ਼ਮੀਨ ਦੇ ਕੀ ਲੱਗਦੇ ਹੋ? ਤੁਸੀਂ 2013 ਦੇ ਵਿੱਚ ਇੱਕ ਸੈਂਟਰਲ ਐਕਟ ਬਣ ਗਿਆ, ਐਕੁਜ਼ੀਸ਼ਨ ਪਾਲਿਸੀ ਆ ਗਈ 2013 ਦੇ ਵਿੱਚ, ਤੁਸੀਂ ਉਸ ਪਾਲਿਸੀ ਦੇ ਅਧੀਨ ਪ੍ਰਾਈਵੇਟ ਜ਼ਮੀਨ ਮਾਲਕਾਂ ਤੋਂ ਜ਼ਮੀਨ ਅਕੁਆਇਰ ਕਰੋ। ਕਿਸੇ ਜ਼ਮੀਨ ਮਾਲਕ ਦੀ ਜ਼ਮੀਨ NHAI ਸੜਕ ਬਣਾਉਂਦੀ ਆ ਨਾ, ਉਹਦੇ ਅਕੁਆਇਰ ਹੁੰਦੀ ਆ ਉਹਦੇ ਵਾਸਤੇ।
ਤੇ ਉਹ ਜ਼ਮੀਨ ਮਾਲਕ ਖੁਸ਼ ਹੁੰਦੇ ਆ, ਕਹਿੰਦੇ ਸਾਡੀ ਰੁਪਈਏ ਵਾਲੀ ਯਾਰ 2.5 ਰੁਪਈਏ ਦੀ ਵੇਚੀ। ਮਤਲਬ ਕਿ ਉਹ ਪਾਲਿਸੀ ਜ਼ਮੀਨ ਮਾਲਕਾਂ ਦੇ ਹਕੂਕ ਮਹਿਫੂਜ਼ ਕਰਦੀ ਹੈ, ਤੁਸੀਂ ਉਹਦੇ ਤਹਿਤ ਜ਼ਮੀਨ। ਮੇਰੇ ਕੋਲ ਸੈਂਕੜੇ ਕੁਐਰੀਜ਼ ਨੇ ਮੇਰੇ ਦੋਸਤ ਜਿਹੜੇ NRI ਪੰਜਾਬੀ, ਜਿਨ੍ਹਾਂ ਨੇ ਭਲੇ ਵੇਲਿਆਂ ਦੇ ਵਿੱਚ ਪੰਜਾਬ ਦੇ ਵਿੱਚ ਲੈਂਡ ਇਨਵੈਸਟਮੈਂਟ ਬੜੀ ਕੀਤੀ, ਉਹਨਾਂ ਨੇ ਜ਼ਮੀਨ ਜਾਇਦਾਦ ਬੜੀ ਖਰੀਦੀ। ਅੱਜ ਮੇਰੇ ਕੋਲ ਸੈਂਕੜੇ ਇੱਦਾਂ ਦੀਆਂ ਪੁਛਤਾਸ਼ ਕਾਲਾਂ, ਮੇਰੇ ਕੋਲ ਰਿਕਾਰਡ ਹੈ, ਜਿਹੜੇ ਕਹਿੰਦੇ ਆ ਬੈਂਸ ਸਾਹਿਬ ਜਲੰਧਰ ਦੇ ਵਿੱਚ ਫਲਾਨੇ ਪਿੰਡ 'ਚ 20 ਏਕੜ ਪਈ ਆ, 50 ਏਕੜ ਪਈ ਆ, ਫਲਾਨੇ ਜ਼ਿਲ੍ਹੇ 'ਚ ਸਾਡੀ 100 ਏਕੜ ਪਈ ਆ, ਕੋਈ ਗਾਹਕ ਹੋਇਆ ਤਾਂ ਦੱਸੀ। ਤੁਸੀਂ ਬਈ ਜ਼ਮੀਨ ਅਕੁਆਇਰ ਕਰਨੀ ਹੈ ਇੰਡਸਟਰੀ ਵਾਸਤੇ, ਤੁਸੀਂ ਪ੍ਰਾਈਵੇਟ ਲੈਂਡ ਅਕੁਆਇਰ ਕਰੋ ਪਾਲਿਸੀ ਦੇ ਅਨੁਸਾਰ। 2013 ਦਾ ਐਕਟ ਆ, ਐਕੁਜ਼ੀਸ਼ਨ ਐਕਟ ਹੈਗਾ, ਉਹਦੇ ਅਨੁਸਾਰ ਤੁਸੀਂ ਜ਼ਮੀਨ ਕਰੋ ਅਕੁਆਇਰ। ਹੁਣ ਤੁਸੀਂ ਅਕੁਆਇਰ ਕਰਨ ਲੱਗੇ ਹੋ, ਜਿਹੜੀ ਵੇਚਣ ਲੱਗੇ ਹੋ ਤੁਸੀਂ ਪੰਚਾਇਤੀ, ਪੰਚਾਇਤੀ ਜ਼ਮੀਨ ਪਹਿਲਾਂ ਕਹਿ ਕੇ ਤੁਸੀਂ ਮਾਮੇ ਨਹੀਂ ਰੱਖਦੇ ਸਰਕਾਰ, ਤੁਹਾਡੇ ਬਾਪ ਦੀ ਨਹੀਂ ਇਹ ਜਗ੍ਹਾ, ਇਹ ਪੰਜਾਬ ਦੇ ਲੋਕਾਂ ਦੀ ਪੰਚਾਇਤ ਸਾਡੀ ਆ, ਜ਼ਮੀਨ ਸਾਡੀ ਆ। ਸੋ ਸਾਡੇ ਇਸ ਅੰਦੋਲਨ ਦਾ ਮਕਸਦ ਕੀ ਹੈ? ਇਸ ਅੰਦੋਲਨ ਦਾ ਮਕਸਦ ਆ, ਜਿਹੜਾ ਅਸੀਂ 4 ਤਰੀਕ ਸ਼ਨੀਵਾਰ, 4 ਜਨਵਰੀ ਸ਼ਨੀਵਾਰ ਖੰਨੇ ਨੇੜੇ ਭੁਮੱਦੀ ਪਿੰਡ ਤੋਂ ਸਟਾਰਟ ਕਰ ਰਹੇ ਹਾਂ, ਇਹਦਾ ਮਕਸਦ ਆ ਲੈਂਡ ਮਾਫੀਆ ਨੂੰ ਚੇਤਾਵਨੀ ਵੀ ਤੁਸੀਂ ਬੈੱਡ ਦੇ ਦਿਓ। ਸਰਕਾਰ ਨੇ ਜ਼ਮੀਨਾਂ ਦੀ ਕਾਹਦੀ ਵੀ ਆ ਲਓ ਜੀ, ਆ ਅਸੀਂ ਪੰਚਾਇਤ ਤੋਂ ਮਤਾ ਪਵਾ ਲਿਆ। ਇੰਡਸਟਰੀ ਮੰਤਰੀ ਅਰੋੜਾ ਜੀ ਪਰਸੋਂ ਚੌਥੇ ਬਿਆਨ ਦਿੰਦੇ ਸੀ, ਕਹਿੰਦੇ ਬੈਂਸ ਲੋਕਾਂ ਨੂੰ ਗੁੰਮਰਾਹ ਕਰਦਾ। ਮੈਂ ਦੱਸਣ ਲੱਗਿਆ ਮੈਂ ਗੁੰਮਰਾਹ ਨਹੀਂ ਕਰਦਾ, ਮੈਂ ਸੱਚਾਈ ਦੇ ਰਸਤੇ 'ਤੇ ਲੋਕ ਇਨਸਾਫ ਪਾਰਟੀ ਦੇ ਦੋਸਤ ਸਾਰੇ ਤੁਰਦੇ ਆ, ਕੋਈ ਗੁੰਮਰਾਹ ਨਹੀਂ। ਐਂਡ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੀਡੀਆ, ਖਾਸ ਕਰਕੇ ਪ੍ਰਿੰਟ ਮੀਡੀਆ ਨੇ ਬਹੁਤ ਵੱਡਾ ਸਾਥ ਅਤੇ ਸਪੋਰਟ ਦਿੱਤਾ, ਕਿਉਂਕਿ ਉਹ ਜੀਨੀਅਸ ਲੋਕ, ਉਹ ਬੁੱਧੀਜੀਵੀ ਲੋਕ, ਉਹ ਜਾਣਦੇ ਆ ਕਿ ਕੌਡੀਆਂ ਦੇ ਭਾਅ 'ਤੇ ਜ਼ਮੀਨ ਜਾਣੀ, ਅੰਨਾ ਵੰਡੇ ਸੀਰਨੀਆਂ ਮੁੜ ਮੁੜ ਕਰਦਿਆਂ ਨੂੰ। ਹੁਣ ਅਰੋੜਾ ਜੀ ਬੋਲੇ, ਮੰਤਰੀ ਸਾਹਿਬ ਕਹਿੰਦੇ ਬੈਂਸ ਗੁੰਮਰਾਹ ਕਰਦਾ, ਕਹਿੰਦੇ ਅਸੀਂ ਤਾਂ ਜਿਹੜੀ ਪੰਚਾਇਤ ਮਤਾ ਪਾ ਕੇ ਦਊਗੀ ਉਹੀ ਜ਼ਮੀਨ ਵੇਚਾਂਗੇ। ਹੁਣ ਮੈਂ ਤੁਹਾਨੂੰ ਗੱਲ ਦੱਸ ਦਿੰਦਾ, ਚੰਡੀਗੜ੍ਹ ਅਸੀਂ ਪ੍ਰੈਸ ਕਾਨਫਰੰਸ ਕੀਤੀ, ਰਾਜਪੁਰੇ ਤੋਂ 6 ਪਿੰਡਾਂ ਦੇ ਲੋਕ ਆਏ ਹੋਏ, ਉਹਨਾਂ ਦੇ ਵਿੱਚ ਇੱਕ ਸਾਬਕਾ ਸਰਪੰਚ ਨੇ ਪ੍ਰੈਸ ਨੂੰ ਕੀ ਕਿਹਾ, ਉਹ ਕਹਿੰਦਾ ਜੀ ਪੰਚਾਇਤ ਤੋਂ ਮਤਾ ਪਾਉਣਾ ਕਿੱਡਾ ਔਖਾ, ਕਹਿੰਦਾ ਇੱਕ ਲਿਬੜਿਆ ਜਿਹਾ ਥਾਣੇਦਾਰ ਆਉਂਦਾ, ਰਾਤ ਨੂੰ ਇੱਥੇ ਤੱਕ ਦਾਰੂ ਜੀ ਦੇ ਗਲ 'ਚ ਭਰੀ ਹੁੰਦੀ ਹੈ, ਬੋ ਮਾਰਦੀ ਹੁੰਦੀ ਸਵੇਰੇ ਮੂੰਹ 'ਚੋਂ ਸ਼ਰਾਬ ਦੀ, ਉਹ ਉੱਠਦਾ ਸੱਤਾਧਾਰੀਆਂ ਦੇ ਕਹਿਣ 'ਤੇ ਸਰਪੰਚ ਨੂੰ ਫੜਦਾ ਗੁਲਾਮਿਆਂ ਤੋਂ, ਕਹਿੰਦਾ ਚੱਲ ਥਾਣੇ ਹਵਾਲਾਤ 'ਚ ਬੰਦ। ਸਰਪੰਚ ਮਿੰਨਤਾਂ ਕਰਦਾ ਵੀ ਮੇਰੇ ਪੱਗ ਨਾ ਲਹਾਈ ਮੇਰੀ, ਮੈਨੂੰ ਹਵਾਲਾਤ 'ਚ ਬੰਦ ਨਾ ਕਰੀ, ਕਰਾ ਮਤੇ 'ਤੇ ਸਾਈਨ ਮੇਰੇ ਤੋਂ ਫਟਾਫਟ। ਹਾਲਾਤ ਐਸੇ ਪੈਦਾ ਕੀਤੇ ਹੋਏ ਪੰਜਾਬ ਦੇ। ਅਰੋੜਾ ਸਾਹਿਬ ਜਿਹੜੀ ਤੁਸੀਂ ਗੱਲ ਮੰਤਰੀ ਸਾਹਿਬ ਕੀਤੀ ਆ, ਮੈਂ ਉਸ ਗੱਲ ਦਾ ਜਵਾਬ ਦੇ ਰਿਹਾ ਤੁਹਾਨੂੰ ਕਿ ਪੰਚਾਇਤਾਂ ਤੋਂ ਮਤੇ ਪਾਸ ਕਰਾਉਣੇ ਸਰਕਾਰ ਵਾਸਤੇ ਕੋਈ ਔਖਾ ਲੰਬੀ ਚੌੜੀ ਗੱਲ ਨਹੀਂ, ਤੁਹਾਡੇ ਇੱਕ ਇਸ਼ਾਰੇ ਦੇ ਉੱਤੇ। ਪਰ ਅਸੀਂ ਉਹਨਾਂ ਸਰਪੰਚਾਂ ਨੂੰ ਜਿਹੜੇ ਇਸ ਪੈਟਰਨ ਦੇ ਉੱਤੇ ਆ, ਕਈ ਲਾਲਚੀ ਵੀ ਹੈਗੇ ਆ, ਬੇਈਮਾਨ, ਲੈ ਲੈ ਤੂੰ ਸਰਪੰਚੀ ਵੀ ਸਰਕਾਰੀ ਪੈਸਾ ਖਾਵਾਂਗੇ, ਇਹਨਾਂ ਦੇ ਮਨ 'ਚ ਲਾਲਚ, ਲੈਂਡ ਮਾਫੀਆ ਦੇ ਮਨ 'ਚ ਲਾਲਚ ਵੜ ਗਿਆ ਵੀ ਇਹ ਕੌਡੀਆਂ ਦੇ ਭਾਅ 'ਤੇ ਅਸੀਂ ਸਰਕਾਰੀ ਜ਼ਮੀਨ ਜਿਹੜੀ ਆ ਖਰੀਦਾਂਗੇ। ਇਹ ਸਾਡੀ ਚੇਤਾਵਨੀ ਹੈ, ਇਹ ਚੇਤਾਵਨੀ ਅਤੇ ਵਾਰਨਿੰਗ ਆ, ਜਾਂ ਆਪ ਨਹੀਂ ਅਤੇ ਜਾਂ ਗਾਹਕ ਨਹੀਂ। ਅਸੀਂ ਕੋਈ ਉਹ ਬਿਡਰ, ਕੋਈ ਉਹ ਬੋਲੀਕਾਰ ਜਿਹੜਾ ਪੰਚਾਇਤੀ ਜ਼ਮੀਨ ਸਮਝੇ ਵੀ ਅਸੀਂ ਕੌਡੀਆਂ ਦੇ ਭਾਅ 'ਤੇ ਖਰੀਦਣੀ ਆ, ਉਹ ਬਿਆਨਾ ਦੇ ਦੇਵੇ, ਉਹ ਬੋਲੀ ਦੇ ਵਿੱਚ, ਉਹ ਬਿੱਡ ਦੇ ਵਿੱਚ ਰਕਮ ਬਿਆਨਾ ਲਾ ਕੇ ਫਸ ਜਾਵੇ, ਅਸੀਂ ਕਬਜ਼ਾ ਨਹੀਂ ਹੋਣ ਦੇਵਾਂਗੇ। ਮਤ ਸੋਚੇ ਕੋਈ ਬੰਦਾ ਕੋਈ ਲੈਂਡ ਮਾਫੀਆ ਪੰਜਾਬ ਨੂੰ ਲੁੱਟਣ ਲਈ ਮੂੰਹ 'ਚ ਪਾਣੀ ਮਤ ਲੈ ਕੇ ਆਵੇ। ਅਸੀਂ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਤੁਰੇ ਹਾਂ। 12,278 ਪਿੰਡ, 1,35,000 ਏਕੜ ਸਾਡੀ ਜਿਹੜੀ ਜ਼ਮੀਨ ਹੈਗੀ ਆ ਪੰਚਾਇਤਾਂ ਦੀ, ਅਤੇ ਉਹ ਜ਼ਮੀਨ ਬਚਾਉਣ ਵਾਸਤੇ। ਐਂਡ ਤੁਸੀਂ ਹੈਰਾਨ ਰਹਿ ਜਾਓਗੇ
18-19 ਦਾ ਮੈਂ ਅੰਕੜਾ ਮੰਗਵਾਇਆ, 1,35,000 ਏਕੜ ਸਰਕਾਰੀ ਜਿਹੜੀ ਸਾਡੀ ਪੰਚਾਇਤੀ ਲੈਂਡ ਆ ਉਹਦੇ ਤੋਂ ਮਾਲੀਆ ਕਿੰਨਾ ਪ੍ਰਾਪਤ ਹੋਇਆ। ਪੰਚਾਇਤਾਂ ਆਪਣੇ ਤੌਰ 'ਤੇ ਉਹਨੂੰ ਠੇਕੇ 'ਤੇ ਚਾੜਦੀਆਂ ਨੇ। 33% ਰਿਜ਼ਰਵ ਫਾਰ ਦਲਿਤ, ਸਾਡੇ ਗਰੀਬ ਦਲਿਤ ਵਾਸਤੇ ਇਸ ਜ਼ਮੀਨ ਦੇ ਵਿੱਚ 1,35,000 ਏਕੜ ਦਾ 33% ਕਰੋ। ਇਹ ਜ਼ਮੀਨ ਗਰੀਬ ਦਲਿਤ ਵਾਸਤੇ ਖੇਤੀਬਾੜੀ ਲਈ ਰਿਜ਼ਰਵ ਰੱਖੀ ਹੋਈ ਹੈ, ਉਹਨਾਂ ਦੇ ਪਰਿਵਾਰ ਚੱਲਦੇ ਆ। ਅਤੇ ਇਸ ਜ਼ਮੀਨ ਤੋਂ 340 ਕਰੋੜ ਰੁਪਈਆ 2018-19 ਦੇ ਵਿੱਚ ਮਾਲੀਆ ਪ੍ਰਾਪਤ ਹੋਇਆ। 340 ਕਰੋੜ ਰੁਪਈਏ ਦਾ 30% ਜਿਹੜਾ ਪੰਚਾਇਤੀ ਵਿਭਾਗ ਨੂੰ ਜਾਂਦਾ, ਪੰਚਾਇਤੀ ਡਿਪਾਰਟਮੈਂਟ ਵਿਭਾਗ ਦੇ ਅੰਦਰ ਜਿਹੜੀਆਂ ਤਨਖਾਹਾਂ ਮੁਲਾਜ਼ਮਾਂ ਅਫਸਰਾਂ ਦੀਆਂ ਹੋਰ ਖਰਚੇ ਚਲਾਉਣ ਵਾਸਤੇ, ਬਾਕੀ ਦੀ ਰਕਮ ਪੰਚਾਇਤ ਖੁਦ ਨਿਰਭਰ ਹੋ ਗਈ। ਸੈਲਫ ਡਿਪੈਂਡੈਂਟ ਪੰਚਾਇਤ ਆ, ਉਹ ਪਿੰਡ ਦੀ ਗਲੀ ਨਾਲੀ ਸੜਕ, ਕੋਈ ਸਟਰੀਟ ਲਾਈਟ, ਕੋਈ ਕੁਛ ਕਰਨਾ, ਕੋਈ ਧਰਮਸ਼ਾਲਾ ਦੀ। ਹੁਣ ਉਹ ਜਿਹੜਾ 6 ਪਿੰਡਾਂ ਦੀ ਗੱਲ ਤੁਹਾਨੂੰ ਮੈਂ ਕੀਤੀ ਹਨ, ਜਿੱਥੇ 1,200 ਏਕੜ ਜ਼ਮੀਨ ਸ਼ਗੂਫਾ ਤਿਆਰ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ 2006 ਦੇ ਵਿੱਚ। ਟ੍ਰਿਬਿਊਨ ਅਖਬਾਰ ਦੀ ਇੱਕ ਦੋਸਤ ਨੇ ਮੈਨੂੰ ਖਬਰ ਸੈਂਡ ਕੀਤੀ, ਅਡਾਨੀ ਅਤੇ ਅੰਬਾਨੀਆਂ ਨੂੰ ਕੈਪਟਨ ਸਾਹਿਬ ਦੇਣ ਲੱਗੇ ਸੀਗੇ ਜ਼ਮੀਨ। ਹੁਣ ਲੋਕ ਆ ਰਹੇ ਆ ਨਾ ਸਾਰੇ ਜਾਣੇ, ਹੁਣ ਤੁਸੀਂ ਹੈਰਾਨ ਰਹਿ ਜਾਓਗੇ, ਉਹਨਾਂ 6 ਪਿੰਡਾਂ ਦੇ ਪੰਚਾਇਤਾਂ ਨੂੰ 1.5-1.5 ਲੱਖ ਰੁਪਈਆ ਹਜੇ ਤੱਕ ਗ੍ਰਾਂਟ ਮਿਲੀ ਹੈ। ਕੀ ਗੰਜੀ ਨਾ ਆਊ ਅਤੇ ਕੀ ਨਿਚੋੜੂ। 1,200 ਏਕੜ ਜ਼ਮੀਨ ਹੋਵੇ ਪੰਚਾਇਤੀ ਲੈਂਡ ਉਹਨਾਂ ਪਿੰਡਾਂ ਦੀ, ਅਤੇ ਉਹਨਾਂ ਨੂੰ ਸਰਕਾਰ ਨੇ ਗ੍ਰਾਂਟ ਕਿੰਨੀ ਦਿੱਤੀ ਡਿਵੈਲਪਮੈਂਟ ਵਾਸਤੇ, ਮਹਿਜ 1.5 ਲੱਖ ਰੁਪਈਆ। ਜਿਹੜੀ ਉਹਨਾਂ ਦੀ ਸੈਲਫ ਡਿਪੈਂਡੈਂਸੀ ਹੈ ਉਹ ਵੀ ਖਤਮ ਹੋ ਜਾਣੀ ਹੈ, ਜਿਹੜੀ ਖੁਦ ਉਹ ਆਪਣੇ ਫੰਡ ਦੇ ਨਾਲ ਇਸ ਆਏ ਪੈਸਿਆਂ ਦੇ ਨਾਲ ਪਿੰਡ ਦੀ ਬਿਹਤਰੀ, ਪਿੰਡ ਦੀ ਡਿਵੈਲਪਮੈਂਟ ਉਹ ਵੀ ਖਤਮ। ਅਤੇ 33% ਸਾਡੇ ਪੰਜਾਬ ਦੇ ਵਿੱਚ ਜਿਹੜੇ ਦਲਿਤ ਪਰਿਵਾਰ ਹੈਗੇ ਆ, ਜਿਨ੍ਹਾਂ ਦਾ ਰੋਜ਼ੀ ਰੋਟੀ ਇਸ ਜ਼ਮੀਨ ਤੋਂ ਆ, ਜਿਹੜੇ ਇਸ ਜ਼ਮੀਨ ਦੇ ਵਿੱਚ ਵਾਹੀ ਕਰਕੇ ਆਪਣੇ ਜਵਾਕ ਪੜ੍ਹਾ ਰਹੇ ਆ, ਆਪਣਾ ਰੋਜ਼ੀ ਰੋਟੀ ਚਲਾ ਰਹੇ ਆ, ਉਹਨਾਂ ਦੇ ਢਿੱਡ 'ਚ ਮਾਰ ਦਿਓ ਲੱਤ, ਕਿਉਂਕਿ ਬਈ ਕੈਪਟਨ ਅਮਰਿੰਦਰ ਸਿੰਘ ਦਾ ਮਹਿਲ ਬਣ ਗਿਆ ਇਸੇ ਜ਼ਮੀਨ ਦੇ ਉੱਤੇ, ਬਾਦਲਾਂ ਦਾ ਸੁੱਖ ਵਿਲਾਸ ਬਣ ਗਿਆ ਇਸੇ ਜ਼ਮੀਨ ਦੇ ਉੱਤੇ। ਅਤੇ ਦੋਸਤੋ, ਅਸੀਂ ਪੂਰੀ ਦੁਨੀਆ 'ਚ ਵੱਸਦੇ ਪੰਜਾਬੀਆਂ ਨਾਲ ਵਾਅਦਾ ਕਰਦੇ ਹਾਂ, ਲੋਕ ਇਨਸਾਫ ਪਾਰਟੀ ਦੀ ਸਰਕਾਰ ਆ ਗਈ ਉਸੇ ਦਿਨ ਇੰਤਕਾਲ ਤੋੜ ਕੇ ਪੰਚਾਇਤਾਂ ਦੇ ਨਾਮ 'ਤੇ। ਇਹ ਸੁੱਖ ਵਿਲਾਸ ਜਿਹੜਾ 7-star ਸੁੱਖ ਵਿਲਾਸ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਮਹਿਲ ਬਣਿਆ ਨਾ, ਇਹ ਸਰਕਾਰੀ ਰੈਸਟ ਅਤੇ ਗੈਸਟ ਹਾਊਸ ਬਣਗੇ, ਸਰਕਟ ਹਾਊਸ ਬਣਗੇ ਇੱਕ ਦਿਨ। ਇਹ ਤੁਹਾਡੇ ਨਾਲ ਵਾਅਦਾ ਕਰਦੇ ਹਾਂ, ਮਤ ਸੋਚੇ। ਮੈਂ ਫਿਰ ਕਹੂੰਗਾ ਕਿ ਇਹ ਜ਼ਮੀਨ ਕਿਸੇ ਲੀਡਰ ਕਿਸੇ ਅਫਸਰ ਦੇ ਬਾਪ ਦੀ ਨਹੀਂ, ਇਹ ਜ਼ਮੀਨ ਪੰਜਾਬ ਦੇ ਲੋਕਾਂ ਦੀ ਹੈ। ਅਤੇ ਪੰਜਾਬ ਦੇ ਲੋਕਾਂ ਦੇ ਹੱਕ ਮਹਿਫੂਜ਼ ਕਰਨ ਵਾਸਤੇ ਅਸੀਂ ਅੰਦੋਲਨ ਦੀ ਸ਼ੁਰੂਆਤ ਕੀਤੀ ਹੈ। ਪਹਿਲਾ ਜਿਹੜਾ 4 ਤਰੀਕ ਨੂੰ ਤਕਰੀਬਨ 53 ਕਿਲੋਮੀਟਰ ਦਾ ਸਫ਼ਰ ਹੈ, ਅਸੀਂ ਗੱਡੀਆਂ ਦੁਆਰਾ ਜਾਵਾਂਗੇ। ਰਸਤੇ ਦੇ ਵਿੱਚ 32-33 ਦੇ ਕਰੀਬ ਪਿੰਡ, ਉਹਨਾਂ ਪਿੰਡਾਂ ਦੀ ਆਉਂਦੀ ਸ਼ਾਮਲਾਟ ਦੇ ਵਿੱਚ ਅਸੀਂ ਇੱਕ ਝੰਡਾ ਤਿਆਰ ਕੀਤਾ, ਲੋਕਾਂ ਦਾ ਝੰਡਾ, ਕਿਸੇ ਪਾਰਟੀ ਦਾ ਨਹੀਂ, ਲੋਕਾਂ ਦਾ ਝੰਡਾ ਤਿਆਰ ਕੀਤਾ। 5-5 ਝੰਡੇ ਉਸ ਸ਼ਾਮਲਾਟ ਜ਼ਮੀਨ 'ਤੇ ਗੱਡ ਕੇ ਆਵਾਂਗੇ, ਇੱਕ ਚੇਤਾਵਨੀ ਦੇਵਾਂਗੇ ਉਹਨਾਂ ਲੋਕਾਂ ਨੂੰ ਜਿਹੜੇ ਲੈਂਡ ਮਾਫੀਆ ਅਤੇ ਸਰਕਾਰਾਂ ਦੇ ਨਾਲ ਅਤੇ ਅਫਸਰਸ਼ਾਹੀ ਦੇ ਨਾਲ ਰਲ ਕੇ ਸਕੀਮਾਂ ਤਿਆਰ ਕਰੀ ਬੈਠੇ ਆ, ਵੀ ਅਸੀਂ ਇਹ ਭੋ ਦੇ ਪਹਾੜੇ ਜ਼ਮੀਨ ਖਰੀਦਣੀ ਹੈ ਉਹਨਾਂ ਵਾਸਤੇ, ਚੇਤਾਵਨੀ, ਖਬਰਦਾਰ, ਰਕਮ ਬਿਆਨਾ ਨਾ ਫਸਾ ਲਿਓ ਆਪਣੀ। ਮੈਨੂੰ ਇੱਕ ਦੋਸਤ ਪੱਤਰਕਾਰ ਨੇ ਸਵਾਲ ਕੀਤਾ ਚੰਡੀਗੜ੍ਹ, ਕਹਿੰਦਾ ਬੈਂਸ ਸਾਹਿਬ ਤੁਸੀਂ ਰੋਕ ਕਿਵੇਂ ਲਾਓਗੇ ਇਹ ਜ਼ਮੀਨ ਨੂੰ ਕਬਜ਼ਾ। ਮੈਂ ਦੋਸਤਾਂ, ਤੇਰਾ ਮਨ ਹੋਵੇ, ਇਸ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਤੇਰਾ ਮਨ ਸੀ ਵੀ ਮੈਂ ਵੀ ਇਹ ਜ਼ਮੀਨ ਖਰੀਦਣੀ ਹੈ, ਕਿਉਂਕਿ ਸਸਤੀ ਰਾਮ ਲਾ ਕੇ ਕਿਤੇ ਨਾ ਕਿਤੇ ਗੰਢ ਤੋਂ ਟਾਂਕਾ ਭਰ ਕੇ ਸਸਤੀ, ਅਤੇ ਅੱਜ ਤੋਂ ਬਾਅਦ ਤੇਰਾ ਮਨ ਹੋਊਗਾ ਜ਼ਮੀਨ ਖਰੀਦਣ ਲਈ। ਕਹਿੰਦਾ ਜੀ ਕਦੇ ਵੀ ਨਹੀਂ। ਬਜ਼ੁਰਗ ਕਹਿੰਦੇ ਆ ਨਾ ਵੀ ਪੈਸੇ ਲੈ ਕੇ ਕਲਾ ਕੌਣ ਮੁੱਲ ਲਊਗਾ।
ਸੋ ਅਸੀਂ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਾਂਗੇ, ਕਦਾਚਿਤ ਵੀ ਇਸ ਪੰਚਾਇਤੀ ਜ਼ਮੀਨ ਦੇ ਉੱਤੇ ਕਿਸੇ ਵੀ ਬੰਦੇ ਦਾ ਕਿਸੇ ਵੀ ਅਹਿਲਕਾਰ ਦਾ ਕਬਜ਼ਾ ਨਹੀਂ ਹੋਣ ਦੇਵਾਂਗੇ। ਉਸ ਤੋਂ ਬਾਅਦ 'ਚ 4 ਤਰੀਕ ਨੂੰ ਸਾਡਾ ਅੰਦੋਲਨ ਸਟਾਰਟ ਹੋਊਗਾ, ਤਕਰੀਬਨ 53 ਕਿਲੋਮੀਟਰ, 12,278 ਪਿੰਡ ਜਿਨ੍ਹਾਂ ਦੀ ਪੰਚਾਇਤੀ ਲੈਂਡ ਹੈਗੀ ਆ। ਸਾਡਾ ਟੀਚਾ ਪਹਿਲੇ ਫੇਸ ਦੇ ਵਿੱਚ ਅਸੀਂ 20 ਏਕੜ ਤੋਂ ਉੱਤੇ ਵਾਲੇ ਪਿੰਡ ਡਿਟੈਕਟ ਕੀਤੇ ਆ। ਸਾਡਾ ਟੀਚਾ ਮਾਝਾ, ਦੁਆਬਾ, ਮਾਲਵਾ 12,278 ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ, ਪੰਚਾਇਤਾਂ ਨੂੰ ਬੇਨਤੀ, ਜਿਹੜੀਆਂ ਬੇਈਮਾਨ ਮਨ ਦੇ ਵਿੱਚ ਪੰਚਾਇਤਾਂ ਦੇ ਕੋਈ ਪਾਪ ਅਤੇ ਬੇਈਮਾਨੀ ਉਹਨਾਂ ਨੂੰ ਚੇਤਾਵਨੀ, ਅਤੇ ਲੋਕਾਂ ਨੂੰ ਨਾਲ ਲੈ ਕੇ ਇਹ ਅੰਦੋਲਨ ਅਸੀਂ ਫੇਸ ਵਾਈਜ਼ ਸਾਰੇ ਪਾਸੇ ਅੱਗੇ ਆ ਜਾਓ ਕਿ ਇਹਦੀ ਕਾਨੂੰਨੀ ਚਾਰਾ ਜੋਈ। ਹੁਣ 2012 ਦੇ ਵਿੱਚ ਐਕਟਿੰਗ ਚੀਫ ਜਸਟਿਸ ਸਾਹਿਬ ਨੇ ਆਰਡਰ ਕਰਤੇ ਰਿਵਿਊ ਕਰਨ ਲਈ ਵੀ ਇੰਤਕਾਲ ਤੋੜੋ ਵਾਪਸ ਪੰਚਾਇਤਾਂ ਦੇ ਨਾਂ ਤੋਂ, ਅੱਜ ਤੱਕ ਉਸ ਹੁਕਮ ਦੀ ਪੂਰਤੀ ਨਹੀਂ ਹੋਈ, ਹਾਈ ਕੋਰਟ ਦੇ ਹੁਕਮਾਂ ਦੀ ਅਦੂਲੀ ਹੋਈ ਹੈ, ਹਾਈ ਕੋਰਟ ਦੇ ਹੁਕਮ ਲਾਗੂ ਨਹੀਂ ਹੋਏ। ਅਸੀਂ ਡੈਫਾਮੇਸ਼ਨ ਮਾਨਹਾਨੀ 'ਚ ਹਾਈ ਕੋਰਟ ਜਾਵਾਂਗੇ ਵੀ ਸਰਕਾਰ ਨੇ ਤੁਹਾਡਾ ਇਹ ਹੁਕਮ ਲਾਗੂ ਕਿਉਂ ਨਹੀਂ ਕੀਤਾ। ਪੰਜਾਬ ਵਿਧਾਨ ਸਭਾ ਦੇ ਅੰਦਰ ਲੋਕ ਇਨਸਾਫ ਪਾਰਟੀ ਇਸ ਕਾਲੇ ਕਾਨੂੰਨ ਦਾ ਡਟਵਾਂ ਵਿਰੋਧ ਕਰੂਗੀ। ਕੰਟੈਂਪਟ, ਅਦਾਲਤ ਦੀ ਮਾਨਹਾਨੀ, ਕੰਟੈਂਪਟ, ਸੋਰੀ ਮੈਂ ਡੈਫਾਮੇਸ਼ਨ ਬੋਲ ਗਿਆ ਸੀ, ਮਾਨਹਾਨੀ ਕਹਿ ਗਿਆ, ਕੰਟੈਂਪਟ ਆਫ ਕੋਰਟ, ਅਦਾਲਤ ਹੁਕਮਾਂ ਦੀ ਅਦੂਲੀ ਕਰਨ 'ਤੇ ਜਿਹੜਾ ਕੰਟੈਂਪਟ ਆ ਉਹ ਅਸੀਂ ਫਾਈਲ ਕਰਾਂਗੇ। ਸੋ ਮੈਂ ਆਸ ਕਰੂੰਗਾ ਸਾਰੇ ਦੋਸਤ ਮੀਡੀਆ ਵਾਲੇ ਜਿਹੜੇ ਪਹਿਲਾਂ ਹੀ ਆਲਰੇਡੀ ਬਹੁਤ ਸਪੋਰਟ ਕਰਦੇ ਆ ਪੰਜਾਬ ਦੇ ਅੰਦਰੋਂ ਇਹ ਡੀਰੇਲ ਹੋਏ ਸਿਸਟਮ ਦੇ ਵਿਰੁੱਧ ਆਪਣੀ ਕਲਮ ਦੀ ਤਾਕਤ, ਆਪਣੇ ਕੈਮਰੇ ਦੀ ਤਾਕਤ ਵਰਤੋਂ ਕਰਦੇ ਆ ਇਸ ਅੰਦੋਲਨ ਦੇ ਵਿੱਚ, ਦੋਸਤੋ ਸਾਰੇ ਤੁਸੀਂ ਜ਼ਰੂਰ ਸਾਥ ਦਿਓਗੇ, ਬਹੁਤ ਬਹੁਤ ਤੁਹਾਡਾ ਧੰਨਵਾਦ। ਉਹਨਾਂ ਨੇ ਮੰਤਰੀ ਮੰਡਲ ਦੇ ਵਿੱਚ ਪਾਸ ਹੋ ਗਿਆ, ਆਰਡੀਨੈਂਸ ਬਣ ਗਿਆ ਜੀ, ਉਹ ਠੀਕ ਹੋ ਗਿਆ। ਹੁਣ ਆਉਣ ਵਾਲੇ ਸੈਸ਼ਨ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਆਊਗਾ, ਉਹਦੇ 'ਚ ਬਿੱਲ ਲੈ ਆਉਣਗੇ। ਇਹ ਬਿੱਲ ਲਿਆਉਣ ਦਾ ਮਤਲਬ ਕੀ ਹੈ, ਕਾਨੂੰਨ ਬਣਾ ਦੇਣਾ ਤਾਂ ਕਿ ਜਿਹੜੀਆਂ ਪਿਛੋਕੜ ਦੇ ਵਿੱਚ ਹਾਈ ਕੋਰਟ ਦੇ ਹੁਕਮਾਂ ਦੇ ਵਿੱਚ ਬਾਏ ਨੇਮ BVIPs ਦੇ ਨੇਮ ਆਏ ਆ, ਮੈਂ ਤੁਹਾਨੂੰ ਲਿੰਕ ਸੈਂਡ ਕਰ ਰਿਹਾ, ਤੁਸੀਂ ਉਹ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦੀ ਰਿਪੋਰਟ ਅਤੇ ਹਾਈ ਕੋਰਟ ਦਾ ਆਰਡਰ ਥਰੋਲੀ ਸਟੱਡੀ ਕਰਿਓ। ਬਾਏ ਨੇਮ ਬਾਦਲ, ਕੈਪਟਨ, IAS, IPS ਲੋਕਾਂ ਦੇ ਨਾਮ, ਇਹ ਕਾਨੂੰਨ ਬਣਾਉਣ ਦਾ ਮਤਲਬ ਸਿੰਪਲੀ ਕਿ ਉਹ ਜਿਹੜੀਆਂ ਕੌਡੀਆਂ ਦੇ ਭਾਅ 'ਤੇ ਪੰਚਾਇਤੀ ਜ਼ਮੀਨਾਂ ਇਹਨਾਂ ਅਹਿਲਕਾਰਾਂ ਨੇ ਖਰੀਦੀਆਂ ਨੇ ਉਹਨਾਂ ਦਾ ਫਿਊਚਰ ਸੇਵ ਕਰਨਾ, ਸੁਰੱਖਿਅਤ ਕਰਨਾ, ਤਾਂ ਕਿ ਭਵਿੱਖ ਦੇ ਵਿੱਚ ਉੱਥੇ ਕੋਈ ਉਂਗਲ ਨਾ ਉੱਠ ਸਕੇ, ਉੱਥੇ ਕੋਈ ਜਿਹੜਾ ਇਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪੈ ਸਕੇ। ਮੂਲ ਭਾਵਨਾ ਇਸ ਐਕਟ ਨੂੰ ਲਿਆਉਣ ਦੀ ਸਰਕਾਰ ਦੀ ਮਨਸ਼ਾ ਇਹ ਹੈਗੀ ਹੈ।